ਜੰਗੀ ਕੈਦੀ ਉਹ ਜਵਾਨ ਜਿਨ੍ਹਾਂ ਨੂੰ ਜੰਗ ਵੇਲੇ ਦੁਸ਼ਮਣ ਫੜ ਕੇ ਨਜ਼ਰਬੰਦ ਕਰ ਦਿੱਤੇ ਨੇ। 1965 ਤੇ 71 ਦੀ ਭਾਰਤ ਪਾਕਿਸਤਾਨ ਦੀ ਜੰਗ 'ਚ ਭਾਰਤ ਦੇ 55 ਅਜਿਹੇ ਜੰਗੀ ਕੈਦੀ ਪਾਕਿਸਤਾਨ ਜੇਲ੍ਹ 'ਚ ਬੰਦ ਹੋਏ ਜਿਨ੍ਹਾਂ ਦੀ ਰਿਹਾਈ ਦੀ ਮੰਗ ਚਿਰਾਂ ਤੋਂ ਚੱਲਦੀ ਆ ਰਹੀ ਹੈ। ਇਸੇ ਮੰਗ ਨੂੰ ਲੈ ਕੇ ਬਰਨਾਲਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਫੌਜੀ ਵਿੰਗ ਨੇ ਰੋਸ ਮਾਰਚ ਕੱਢਦਿਆਂ ਡੀਸੀ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਂਪਿਆ। ਇਸ ਦੇ ਨਾਲ ਹੀ ਉਹਨਾਂ ਨੇ ਕੈਦੀਆਂ ਦੇ ਪਰਿਵਾਰਾਂ ਦੇ ਲਈ ਮਦਦ ਦੀ ਮੰਗ ਕੀਤੀ ਤੇ ਉਹਨਾਂ ਵੱਲੋਂ ਇੱਕ ਇੱਕ ਸਰਕਾਰੀ ਨੌਕਰੀ ਦੇ ਨਾਲ ਸਰਕਾਰ ਵੱਲੋਂ ਮਿਲਣ ਵਾਲੇ ਮੁਆਵਜ਼ੇ ਦੀ ਵੀ ਮੰਗ ਕੀਤੀ ਗਈ ਹੈ। ਅੱਜ ਅਸੀਂ ਦੇਸ਼ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਹੈ ਕਿਉਂਕਿ ਸਾਡੇ ਜ਼ਿਲ੍ਹੇ ਨਾਲ ਸੰਬੰਧਿਤ ਸਿਪਾਹੀ ਲਾਲ ਸਿੰਘ ਜੋ ਕਰਮਗੜ ਵਿਲੇਜ ਦੇ ਨੇ ਉਹ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਨੇ, ਨਜ਼ਰਬੰਦ ਨੇ। 1965 ਤੋਂ 1965 ਦੀ ਲੜਾਈ ਦੇ ਪ੍ਰਿਜਨਰ ਆਫ ਵਾਰ ਨੇ। ਇਵੇਂ ਜਿਵੇਂ ਲਹਿਰੇ ਤੋਂ ਸਾਡੇ ਹੌਲਦਾਰ ਧਰਮਪਾਲ, ਉਹਨਾਂ ਦਾ ਵੀ ਪਰਿਵਾਰ ਮੇਰੇ ਨਾਲ ਆਇਆ ਹੋਇਆ, ਉਹ ਵੀ ਪਾਕਿਸਤਾਨ ਜੇਲ੍ਹ ਦੇ ਵਿੱਚ ਬੰਦ ਹੈ। ਇਸੇ ਤਰ੍ਹਾਂ ਤਕਰੀਬਨ 55 ਪ੍ਰਿਜਨਰ ਆਫ ਵਾਰ ਜਿਹੜੇ ਹੈਗੇ, 65, 72, 65, 71 ਅਤੇ 62 ਦੀ ਲੜਾਈ ਦੇ ਜਿਹੜੇ ਪ੍ਰਿਜਨਰ ਆਫ ਵਾਰ ਫੌਜੀ ਨੇ ਉਹ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਛੱਡ ਰਹੇ ਨੇ। ਇਹਨਾਂ ਦੇ ਪਰਿਵਾਰਾਂ ਨੂੰ, ਇਹਨਾਂ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਕੋਈ ਵੀ ਸਰਕਾਰੀ ਸਹਾਇਤਾ ਨਹੀਂ ਦਿੱਤੀ ਗਈ, ਇਹਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਗਈਆਂ। ਸੋ ਮੇਰੀ ਸਰਕਾਰ ਤੋਂ ਇਹ ਵੀ ਮੰਗ ਹੈ ਕਿ ਇਹਨਾਂ ਦੇ ਬੱਚਿਆਂ ਨੂੰ ਵੀ ਨੌਕਰੀ ਦਿੱਤੀ ਜਾਵੇ। ਇਹਨਾਂ ਜੰਗੀ ਕੈਦੀਆਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਫੌਜੀ ਵਿੰਗ ਵੱਲੋਂ ਪਾਕਿਸਤਾਨ ਜੇਲ੍ਹ ਦੇ ਵਿੱਚ ਕੈਦ ਕੁਲਭੂਸ਼ਣ ਯਾਦਵ ਦੀ ਰਿਹਾਈ ਦੀ ਵੀ ਮੰਗ ਕੀਤੀ ਗਈ। ਸਾਡੇ ਕਮਾਂਡਰ ਯਾਦਵ ਜਿਨ੍ਹਾਂ ਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਮੌਤ ਦੀ ਸਜ਼ਾ ਤੋਂ ਮਾਫ਼ ਕਰਵਾਇਆ ਪਾਕਿਸਤਾਨ ਤੋਂ, ਉਹਨਾਂ ਦੀ ਮੰਗ ਬਾਰੇ ਵੀ ਅਸੀਂ ਹਿੰਦੁਸਤਾਨ ਦੀ ਸਰਕਾਰ ਨੂੰ ਮੰਗ ਪੱਤਰ ਭੇਜਿਆ ਰਾਸ਼ਟਰਪਤੀ ਦੇ ਥਰੂ ਡਿਪਟੀ ਕਮਿਸ਼ਨਰ ਬਰਨਾਲਾ। ਸੋ ਇੰਨੇ ਸਾਲਾਂ ਤੋਂ ਆਪਣਿਆਂ ਦੀ ਉਡੀਕ ਕਰ ਰਹੇ ਉਹਨਾਂ ਪਰਿਵਾਰਾਂ ਨੂੰ ਵੀ ਉਮੀਦ ਹੈ ਕਿ ਇਹ ਉਹਨਾਂ ਨੂੰ ਜਲਦ ਤੋਂ ਜਲਦ ਵੇਖ ਸਕਣਗੇ। ਸਾਨੂੰ ਉਮੀਦ ਆ ਵੀ ਗੌਰਮੈਂਟ ਇਹਦੇ ਬਾਰੇ ਸੋਚੂ। ਹੁਣ ਸਾਨੂੰ ਇਹ ਉਮੀਦ ਹੈ ਵੀ ਸਾਨੂੰ ਉਹਨਾਂ ਨੂੰ ਸੁਧਾ ਕੇ ਸਾਡੇ ਸਾਨੂੰ ਮਿਲਾਇਆ ਜਾਵੇ। ਜਿਤਨਾ ਮੋਦੀ ਸਰਕਾਰ ਹੈ ਕੋਈ ਵੱਡੇ ਤੋਂ ਵੱਡੇ ਫੈਸਲੇ ਲੈ ਰਹੇ, ਅਸੀਂ ਚਾਹੁੰਦੇ ਵੀ ਇਹ ਵੀ ਇੱਕ ਫੈਸਲਾ ਲਿਆ ਜਾਵੇ ਵੀ ਜਿੰਨੇ ਵੀ ਪ੍ਰਿਜਨਰ ਅਖਬਾਰ ਹੈ ਜੋ ਵੀ ਹੈ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ ਤਾਂ ਜੋ ਜਿਹੜੇ ਇਹ ਆਪਣਾ 72ਵੇਂ ਆਜ਼ਾਦੀ ਦਿਵਸ ਮਨਾ ਰਹੇ ਹੈ ਇਹ ਪਰਿਵਾਰਾਂ ਨੂੰ ਇੱਕ ਉਹ ਤੋਹਫਾ ਮਿਲੇ ਜੋ ਕਿ ਮਤਲਬ ਕਿ ਮੋਦੀ ਸਰਕਾਰ ਹੀ ਦੇ ਸਕਦੀ ਹੈ। ਉਹ ਕੁਝ ਨਹੀਂ, ਜੰਗ ਹੋਈ, ਹਾਰ ਜਿੱਤ ਵੀ ਹੋਈ, ਪਰ ਇਸੇ ਹਾਰ ਜਿੱਤ ਦੇ ਚੱਲਦਿਆਂ ਜੋ ਖੋਇਆ ਗਿਆ ਉਸਦੀ ਭਰਪਾਈ ਸ਼ਾਇਦ ਹੀ ਕੋਈ ਕਰ ਸਕੇ। ਪਰ ਜੋ ਹੋ ਸਕਦਾ ਹੈ ਤਾਂ ਉਹਨਾਂ ਜੰਗੀ ਕੈਦੀਆਂ ਦੀ ਰਿਹਾਈ ਜਿਨ੍ਹਾਂ ਨੇ ਦੇਸ਼ ਲਈ ਆਪਣੀ ਜ਼ਿੰਦਗੀ ਦੇ ਕਈ ਸਾਲ ਜੇਲ੍ਹਾਂ ਦੇ ਵਿੱਚ ਬਿਤਾ ਦਿੱਤੇ, ਪਰ ਅੱਜ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਬਰਨਾਲਾ ਤੋਂ ਪਰਵੀਨ ਰਿਸ਼ੀ ਦੇ ਨਾਲ ਬਿਊਰੋ ਰਿਪੋਰਟ, ਇੰਡੀਆ ਨਿਊਜ਼ ਪੰਜਾਬ।